अज नवे मकाना वास्ते तकरीबन 2,49,00,000 और 165 लाभपात्री ने 72 पिंडां दे विच ये जिहड़ी है ग्रांट दिती गई है। साडे सरदार भगवंत सिंह मान जी हुणां ने मुख्यमंत्री साहब ने ऐलान किया भी विसाखी दे दिन तक जिहड़े लोकां दे खाते दे विच ये पैसे पै जाणगे। इत्थे लोकां नूं ये इंप्रैशन दिता जा रहा है कि सरकार ही प्यो पुत चला रहे, एक सीएम ते दूजा डिप्टी सीएम। सो इन्हां नूं शायद ये ज्ञान नहीं है कि सरकार जिहड़ियां पॉलिसियां जिहड़ियां ने उह कम करदियां ने, सरदार भगवंत सिंह मान ते उहदी टीम जिहड़ी है उह कम कर रही, सारे कम जिहड़ी है उह सरकार ने कराने ने। दूसरा जिहड़ा मैं समझदा कि सब तो वड्डा कम कीता जिहड़े डाके सीगे, जिहड़े लोकां दे पैसे नूं लुट रहे सी, वड्डे डाके सी, उह ते बंद हो गए। चलो अजे लोग सुधरे नहीं, मैं कहना भी दूजियां पार्टियां वाले जिहड़े ने ਉਹ ਉਹਨਾਂ ਨੂੰ ਆਦਤ ਹੈ ਪੈਸੇ ਦੇ ਕੇ ਕੰਮ ਕਰਾਉਣ ਦੀ, ਛੋਟੀਆਂ ਮੋਟੀਆਂ ਚੋਰੀਆਂ ਜਿਹੜੀਆਂ ਨੇ ਉਹ ਬਾਕੀ ਨੇ। ਤੇ ਜਿਹੜੇ ਇਹ ਡਾਕੇ ਬੰਦ ਹੋਏ ਨੇ ਉਹਦੇ ਨਾਲ ਪੰਜਾਬ ਦਾ ਜਿਹੜਾ ਖਜ਼ਾਨਾ ਉਹਦੀ ਆਮਦਨ ਵਧਣੀ ਸ਼ੁਰੂ ਹੋ ਗਈ ਹੈ, ਪੈਸਾ ਜਿਹੜਾ ਉਹ ਕੰਮਾਂ 'ਤੇ ਲੱਗਣਾ ਸ਼ੁਰੂ ਹੋ ਗਿਆ। ਤੁਹਾਡਾ ਧੰਨਵਾਦ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇੱਕ ਨੈਸ਼ਨਲ ਪਾਰਟੀ, ਰਾਸ਼ਟਰੀ ਪਾਰਟੀ ਬਣ ਗਈ ਹੈ। ਜਿਸ ਸਪੀਡ ਨਾਲ ਗਰੋ ਕਰ ਰਹੀ ਹੈ ਪਾਰਟੀ, ਪਹਿਲਾਂ ਦਿੱਲੀ, ਫਿਰ ਪੰਜਾਬ, ਗੁਜਰਾਤ, ਗੋਆ ਔਰ ਦੂਜੇ ਸਟੇਟਾਂ ਦੇ ਵਿੱਚ ਵੀ ਬਹੁਤ ਤੇਜ਼ੀ ਨਾਲ ਉੱਭਰ ਰਹੀ ਹੈ, ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਹੈ, ਲੋਕ ਪੱਖੀ ਸੋਚ ਹੈ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਮ ਆਦਮੀਆਂ ਦੀ ਸਰਕਾਰ ਹੈ ਪੰਜਾਬ ਦੇ ਵਿੱਚ। ਦਿੱਲੀ ਦੇ ਵਿੱਚ ਤਾਂ ਸਾਰੀ ਦੁਨੀਆ 'ਚ ਚਰਚੇ ਨੇ ਉੱਥੋਂ ਦੀ ਜਿਸ ਤਰ੍ਹਾਂ ਦੀ ਗੌਰਮੈਂਟ ਚੱਲ ਰਹੀ ਹੈ, ਔਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਕੰਮ ਕਰ ਰਹੇ ਨੇ, ਵੀ ਉਹ ਬਹੁਤ ਬਰੀਕੀ 'ਚ ਜਾਂਦੇ ਨੇ, ਤਾਂ ਉਹਨਾਂ ਦੀ ਮਤਲਬ ਕੋਈ ਮੁਕਾਬਲਾ ਨਹੀਂ ਹੈ, ਤਾਂ ਲੋਕ ਖੁਸ਼ ਨੇ। ਇਸ ਕਰਕੇ ਇਹਨਾਂ ਦਿੱਲੀ ਪੰਜਾਬ ਨੂੰ ਦੇਖ ਕੇ ਦੂਜੇ ਸਟੇਟਾਂ ਦੇ ਵਿੱਚ ਵੀ ਬਹੁਤ ਸਪੀਡ ਨਾਲ ਜਿਹੜੀ ਹੈ ਪਾਰਟੀ ਜਿਹੜੀ ਹੈ ਉਹਦਾ ਗ੍ਰਾਫ ਉੱਪਰ ਜਾ ਰਿਹਾ। ਸੋ ਇਹ ਨੈਸ਼ਨਲ ਪਾਰਟੀ ਬਣਨਾ ਇੱਕ ਪਾਰਟੀ ਦੀ ਬਹੁਤ ਵੱਡੀ ਗੱਲ ਸੀਗੀ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ ਅਰਵਿੰਦ ਕੇਜਰੀਵਾਲ ਜੀ ਨੇ ਉਹ ਇੰਡੀਆ ਦੇ ਪ੍ਰਧਾਨ ਮੰਤਰੀ ਬਣ ਗਏ। ਅੱਜ ਜਿਹੜਾ ਇਹ ਸੀਗਾ ਕਿ ਗਰੀਬ, ਜਿਸ ਤਰ੍ਹਾਂ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਕਹਿੰਦੇ ਨੇ ਕਿ ਲੋਕਾਂ ਦਾ ਪੈਸਾ ਲੋਕਾਂ 'ਚ ਜਾਊਗਾ, ਸੋ ਉਸ ਸੋਚ ਦੇ ਤਹਿਤ ਜਿਹੜੀਆਂ ਨੇ ਗ੍ਰਾਂਟਾਂ, ਚਾਹੇ ਕਿਸੇ ਵੀ ਸਕੀਮ ਦੇ ਤਹਿਤ ਗ੍ਰਾਂਟ ਹੈ, ਟਾਈਮ ਸਿਰ ਅਤੇ ਬਿਲਕੁਲ ਪੂਰੀ ਜਿਹੜੀ ਆ ਗਰੀਬਾਂ ਤੱਕ ਉਹ ਲਾਭ ਪਹੁੰਚਦੇ ਨੇ। ਅਤੇ ਅੱਜ ਨਵੇਂ ਮਕਾਨਾਂ ਵਾਸਤੇ ਤਕਰੀਬਨ 2,49,00,000 ਔਰ 165 ਲਾਭਪਾਤਰੀ ਨੇ 72 ਪਿੰਡਾਂ ਦੇ ਵਿੱਚ ਇਹ ਜਿਹੜੀ ਹੈ ਗ੍ਰਾਂਟ ਦਿੱਤੀ ਗਈ ਹੈ। ਸੋ ਇਹ ਗਰੀਬਾਂ ਦਾ ਹੱਕ ਬਣਦਾ ਜਿਹੜਾ ਉਹਨਾਂ ਨੂੰ ਅੱਜ ਗਰੀਬ ਇਹ ਵੰਡੀ ਗਈ ਹੈ ਰਾਸ਼ੀ ਜਿਹੜੀ। ਦੇਖੋ ਜੀ, ਕੋਈ ਵੀ ਕੰਮ ਦੇਖ ਲਓ, ਜਿਹੜਾ ਇੱਕ ਵਾਅਦਾ ਕੀਤਾ ਸੀਗਾ ਕਿ ਬਿਜਲੀ ਜਿਹੜੀ ਹੈ ਉਹ 300 ਯੂਨਿਟ ਫਰੀ ਦਿੱਤੀ ਜਾਊਗੀ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਗਰੀਬ ਲੋਕਾਂ ਦਾ ਬੜਾ ਸੌਖਾ ਹੋ ਗਿਆ। ਜਦੋਂ ਉਹਦਾ 3,000 ਵੱਜਦਾ ਅਤੇ ਉਦੋਂ ਕੋਲ ਮੇਰੇ ਖਿਆਲ ਦੇ ਵਿੱਚ ਇੱਕ ਪਰਿਵਾਰ ਕੋਲ 3,000 ਦਾ ਰਾਸ਼ਨ ਮੁੱਕਦਾ ਨਹੀਂ ਹੈ। ਸੋ ਉਹ ਜਿਹੜਾ ਇੱਕ ਬਹੁਤ ਵੱਡਾ ਵਾਅਦਾ ਕੀਤਾ ਸੀ ਉਹ ਫੈਸਲਾ ਲਾਗੂ ਸਟਾਰਟਿੰਗ ਦੇ ਵਿੱਚ ਹੀ ਹੋ ਗਿਆ ਸੀਗਾ। ਦੂਸਰਾ ਜਿਹੜਾ ਮੈਂ ਸਮਝਦਾ ਕਿ ਸਭ ਤੋਂ ਵੱਡਾ ਕੰਮ ਕੀਤਾ, ਜਿਹੜੇ ਡਾਕੇ ਸੀਗੇ, ਜਿਹੜੇ ਲੋਕਾਂ ਦੇ ਪੈਸੇ ਨੂੰ ਲੁੱਟ ਰਹੇ ਸੀ, ਵੱਡੇ ਡਾਕੇ ਸੀ, ਉਹ ਤਾਂ ਬੰਦ ਹੋ ਗਏ ਆ। ਚਲੋ ਅਜੇ
ਲੋਕਾਂ ਲੋਕ ਸੁਧਰੇ ਨਹੀਂ। ਮੈਂ ਕਹਿੰਦਾ ਵੀ ਇਹ ਦੂਜੀਆਂ ਪਾਰਟੀਆਂ ਵਾਲੇ ਜਿਹੜੇ ਨੇ ਉਹ ਉਹਨਾਂ ਨੂੰ ਆਦਤ ਹੈ ਪੈਸੇ ਦੇ ਕੇ ਕੰਮ ਕਰਾਉਣ ਦੀ। ਛੋਟੀਆਂ ਮੋਟੀਆਂ ਚੋਰੀਆਂ ਜਿਹੜੀਆਂ ਨੇ ਉਹ ਬਾਕੀ ਨੇ ਅਤੇ ਜਿਹੜੇ ਇਹ ਡਾਕੇ ਬੰਦ ਹੋਏ ਨੇ ਉਹਦੇ ਨਾਲ ਪੰਜਾਬ ਦਾ ਜਿਹੜਾ ਖਜ਼ਾਨਾ ਉਹਦੀ ਆਮਦਨ ਵਧਣੀ ਸ਼ੁਰੂ ਹੋ ਗਈ ਹੈ। ਪੈਸਾ ਜਿਹੜਾ ਉਹ ਕੰਮਾਂ 'ਤੇ ਲੱਗਣਾ ਸ਼ੁਰੂ ਹੋ ਗਿਆ। ਭਰਤੀਆਂ ਤੁਸੀਂ ਦੇਖੋ ਕਿ 28,000 ਕੁਛ ਮੁਲਾਜ਼ਮਾਂ ਨੂੰ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਨੇ। 35,000 ਮੁਲਾਜ਼ਮ ਪੱਕੇ ਕਰ ਦਿੱਤੇ ਨੇ। ਟੋਲ ਪਲਾਜ਼ਿਆਂ ਦੀ ਲੁੱਟ ਸੀ ਜਿਹੜੀ ਉਹ ਬੰਦ ਹੋ ਗਈ ਹੈ। ਦੂਸਰਾ ਜਿਹੜੀਆਂ 5-5 ਪੈਨਸ਼ਨਾਂ ਲੈ ਰਹੇ ਸੀਗੇ ਲੀਡਰ ਉਹ ਬੰਦ ਹੋ ਗਈ ਹੈ। ਲੁੱਟ ਜਿਹੜੀ ਖਜ਼ਾਨੇ ਦੀ ਸੀਗੀ। ਔਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਦੀ ਸਰਕਾਰ ਆਈ ਹੈ ਕਿਸੇ ਵੀ ਜ਼ਿਮੀਂਦਾਰ ਨੂੰ ਕੋਈ ਬਿਜਲੀ ਦੀ ਪ੍ਰੋਬਲਮ ਨਹੀਂ ਆਈ। ਫਸਲ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਚੱਕੀ ਜਾਂਦੀ ਹੈ ਔਰ 24 ਘੰਟਿਆਂ ਦੇ ਵਿੱਚ ਉਹਨਾਂ ਦੇ ਖਾਤੇ 'ਚ ਪੈਸੇ ਪਹੁੰਚ ਜਾਂਦੇ ਨੇ। ਅੱਜ ਤੁਸੀਂ ਮੁਆਵਜ਼ੇ ਦੀ ਗੱਲ ਕਰਦੇ ਹਾਂ, ਕਦੇ ਇੱਦਾਂ ਨਹੀਂ ਸੀ ਹੋਇਆ ਕਿ ਕਈ ਸਾਲ ਜਿਹੜਾ ਬਸ ਜਦੋਂ ਲੋਕ ਮਤਲਬ ਵਾਅਦੇ ਕਰਦੇ ਸੀ ਵੀ ਤੁਹਾਨੂੰ ਇੰਨਾ ਮੁਆਵਜ਼ਾ ਦੇਵਾਂਗੇ, ਭੁੱਲ ਜਾਂਦੇ ਸੀ, ਕਦੇ ਕਿਸੇ ਨੇ ਦਿੱਤਾ ਨਹੀਂ ਸੀਗਾ। ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ ਨੇ, ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਵੀ ਵਿਸਾਖੀ ਦੇ ਦਿਨ ਤੱਕ ਜਿਹੜੇ ਲੋਕਾਂ ਦੇ ਖਾਤੇ ਦੇ ਵਿੱਚ ਇਹ ਪੈਸੇ ਪੈ ਜਾਣਗੇ। ਔਰ ਇੱਕ ਗੱਲ ਉਹਨਾਂ ਨੇ ਜਿਹੜੀ ਕੱਲ੍ਹ ਕਹੀ ਹੈ ਆਪਣੇ ਭਾਸ਼ਣ ਦੇ ਵਿੱਚ ਕਰਤਾਰਪੁਰ, ਇਹ ਪਹਿਲੀ ਵਾਰੀ ਹੋਇਆ ਵੀ ਗਰਦੌਰੀਆਂ ਪਿੱਛੇ ਰਹਿ ਗਈਆਂ, ਮੁਆਵਜ਼ਾ ਪਹਿਲਾਂ ਮਿਲ ਜਾਣਾ। ਸੋ ਇਹ ਵੀ ਜਿਹੜਾ ਇਹ ਤਰੀਕਾ ਹੈ ਕੰਮ ਕਰਨ ਦਾ। ਸੁਲਤਾਨਪੁਰ ਲੋਧੀ ਦੇ ਨਾ, ਦੇਖੋ ਇਹ ਸਮੱਸਿਆ ਬੜੀ ਵੱਡੀ ਸਮੱਸਿਆ, ਇਹ ਜਿਹੜੀ ਹੈ ਸਰਕਾਰ ਬਹੁਤ ਧਿਆਨ ਹੈ ਇਹਦੇ 'ਤੇ, ਖਾਸ ਕਰਕੇ ਜਿਹੜਾ ਸੁਲਤਾਨਪੁਰ ਲੋਧੀ ਦੇ ਉੱਤੇ CM ਸਾਹਿਬ ਦਾ ਬਹੁਤ ਧਿਆਨ ਹੈ। ਇਹਨੂੰ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਜਿਹੜਾ ਇਹ ਬਿਲਕੁਲ ਕੁਛ ਸਮੇਂ ਦੇ ਵਿੱਚ ਹੀ ਇਹ ਸਾਰਾ ਕੁਝ ਠੀਕ ਹੋ ਜਾਣਾ ਔਰ ਕੋਈ ਮੁਸ਼ਕਲ ਨਹੀਂ ਰਹੂਗੀ। ਪਰ ਇਹ ਪੁਰਾਣਾ ਚੱਲਿਆ ਆ ਰਿਹਾ, ਬੜਾ ਵਧੀਆ ਮੌਕਾ ਸੀਗਾ ਜਦੋਂ ਕਾਂਗਰਸ ਦੀ ਸਰਕਾਰ ਸੀਗੀ, ਇੱਥੋਂ ਦੇ ਕਾਂਗਰਸੀ ਹਲਕੇ ਦੇ ਵਿਧਾਇਕ ਸੀਗੇ। 550ਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਚ ਬੜਾ ਪੈਸਾ ਆਇਆ ਸੀ, ਉਦੋਂ ਇਹ ਕੰਮ ਹੋਣਾ ਚਾਹੀਦਾ ਸੀਗਾ। ਪਰ ਇਹਨਾਂ ਦੀ ਮੈਂ ਸਮਝਦਾ ਕਿ ਨਲੈਕੀ ਔਰ ਵੱਡਾ ਜਿਹੜਾ ਪੈਸਾ ਹਿੱਸਾ ਉਹ ਇੱਕ ਕਰਪਸ਼ਨ ਦੇ ਰੂਪ ਵਿੱਚ ਖਾਧਾ ਗਿਆ, ਲੱਗਦਾ ਹੀ ਨਹੀਂ ਕਿ ਇੱਥੇ ਪੈਸੇ ਲੱਗੇ ਆ। ਸੋ ਉਹ ਇਸ ਕਰਕੇ ਉਦੋਂ ਹੋਣਾ ਚਾਹੀਦਾ ਸੀ ਪਰ ਇਹਨਾਂ ਨੇ ਨਹੀਂ ਕੀਤਾ, ਪਰ ਹੁਣ ਹੋਊਗਾ। ਨੀਲੇ ਕਾਰਡ ਕੱਟੇ ਗਏ, ਲਗਾਤਾਰ ਲੋਕ ਵਿਰੋਧ ਕਰ ਰਹੇ, ਇਸ ਵੱਲ ਕੀ ਗੱਲ? ਦੇਖੋ ਜੀ, ਇਹ ਵੀ ਇਹਨਾਂ ਦੀਆਂ ਚਾਲਾਂ ਨੇ, ਕਿਉਂਕਿ ਜ਼ਿਆਦਾਤਰ ਮੈਕਸੀਮਮ ਜਿਹੜੇ ਸਰਪੰਚ ਨੇ ਉਹ ਕਾਂਗਰਸੀ ਨੇ, ਜਿਹੜੇ ਨੇ ਕਮੇਟੀ ਹੈ, ਮਿਊਂਸੀਪਲ ਕਮੇਟੀ ਹੈ, ਉਹ ਵੀ ਕਾਂਗਰਸ ਦੀ ਹੈ। ਸੋ ਇਹਨਾਂ ਨੇ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਗਰੀਬਾਂ ਦੇ ਕਾਰਡ ਜਿਹੜੇ ਨੇ, ਰਾਸ਼ਨ ਕਾਰਡ ਕੱਟ ਕੇ ਉਦੋਂ ਬਾਅਦ ਰੌਲਾ ਪਾ ਦਿੱਤਾ ਕਿ ਇਹ ਜਿਹੜੇ ਕਾਰਡ ਨੇ ਇਹ ਆਮ ਆਦਮੀ ਪਾਰਟੀ ਕੱਟ ਰਹੀ ਹੈ। ਆਮ ਆਦਮੀ ਪਾਰਟੀ ਗਰੀਬਾਂ ਦੀ ਪਾਰਟੀ, ਗਰੀਬਾਂ ਲੋਕਾਂ ਲਈ ਪਾਰਟੀ ਹੈ। ਇਹ ਕਿਸੇ ਵੀ ਇੱਕ ਗਰੀਬ ਦਾ ਜਿਹੜਾ ਉਹ ਰਾਸ਼ਨ ਕਾਰਡ ਕੱਟਿਆ ਨਹੀਂ ਜਾਊਗਾ। ਔਰ ਜਿਹੜੇ ਇਹਨਾਂ ਦੀਆਂ ਪਾਰਟੀਆਂ ਦੇ ਵੱਡੇ ਵੱਡੇ ਧਨਾੜ ਜਿਹੜੇ ਨੇ ਉਹ ਫਾਇਦਾ ਲੈ ਰਹੇ ਨੇ, ਉਹ ਅਸੀਂ ਰਹਿਣ ਨਹੀਂ ਦੇਣਾ। ਸੋ ਇਹਨਾਂ ਨੇ ਇਹ ਗੱਲ ਕਰਕੇ ਕੰਮ ਕਰਕੇ ਉਸ ਤੋਂ ਬਾਅਦ ਸਟੇਟਮੈਂਟ ਦਿੱਤੀ ਜੀ ਅਸੀਂ ਠੀਕ ਕਰਾ ਦਾਂਗੇ। ਕੌਣ ਹੁੰਦੇ ਠੀਕ ਕਰਾਉਣ ਵਾਲੇ? ਇਹ ਸਰਕਾਰ ਕਰਦੀ ਹੈ ਕੰਮ ਜਿਹੜੇ। ਦੇਖੋ ਜੀ, ਇਹ ਹੁਣੇ ਮੇਰੇ ਵੀਰ ਨੇ ਕਿਹਾ ਸੀਗਾ ਵੀ ਇੱਥੇ ਲੋਕਾਂ ਨੂੰ ਇਹ ਇੰਪ੍ਰੈਸ਼ਨ ਦਿੱਤਾ ਜਾ ਰਿਹਾ ਕਿ ਸਰਕਾਰ ਹੀ ਪਿਓ ਪੁੱਤ ਚਲਾ ਰਹੇ ਨੇ, ਇੱਕ CM ਅਤੇ ਦੂਜਾ DC। ਸੋ ਇਹਨਾਂ ਨੂੰ ਸ਼ਾਇਦ ਇਹ ਗਿਆਨ ਨਹੀਂ ਹੈ ਕਿ ਸਰਕਾਰ ਦੀਆਂ ਪੋਲਿਸੀਆਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ। ਸਰਦਾਰ ਭਗਵੰਤ ਸਿੰਘ ਮਾਨ ਅਤੇ ਉਹਦੀ ਟੀਮ ਜਿਹੜੀ ਹੈ ਉਹ ਕੰਮ ਕਰ ਰਹੀ, ਸਾਰੇ ਕੰਮ ਜਿਹੜੀ ਹੈ ਉਹ ਸਰਕਾਰ ਨੇ ਕਰਾਉਣੇ ਨੇ, ਪੈਸਾ ਸਰਕਾਰ ਨੇ ਦੇਣਾ, ਹਰ ਕੰਮ ਸਰਕਾਰ ਨੇ ਕਰਾਉਣਾ। ਅਤੇ ਬਾਕੀ ਜਿਹੜਾ ਉਹ ਤਾਂ ਤੁਹਾਨੂੰ ਪਤਾ, ਪੁਰਾਣੇ ਸਿਆਸੀ ਬੰਦੇ ਨੇ, ਇੱਦਾਂ ਦੇ ਪੈਂਤੜੇ ਜਿਹੜੇ ਇਹਨਾਂ ਦੇ ਚੱਲਦੇ ਰਹਿੰਦੇ ਆ।